ਤੁਸੀਂ ਜੱਟ ਨੂੰ ਕਹਿੰਦੇ ਵੀ ਇਹ ਸਾਰੇ ਪਿੰਡ ਦਾ ਦੱਲਾ ਜੱਟ ਹੁੰਦਾ ਆ, ਇਹ ਦੱਲਾ ਹੋਣ ਦੇ ਲਈ ਇੱਕ ਕਿਸੇ ਖਾਸ ਵਿਸ਼ੇਸ਼ ਕਮਿਊਨਿਟੀ ਵਿੱਚੋਂ ਹੋਣਾ ਜ਼ਰੂਰੀ ਹੈ? ਦੱਲਾ ਤਾਂ ਕੋਈ ਵੀ ਹੋ ਸਕਦਾ, ਬਾਪੂ ਜੀ ਚੋਰ ਹੈ, ਚੋਰ ਦਾ ਵੀ ਆ ਸਕਦਾ, ਕਿਤੇ ਵੀ ਆ ਸਕਦਾ, ਚੋਰ ਦਾ ਕੀ ਧਰਮ ਹੁੰਦਾ ਹੈ? ਚੋਰ ਨੇ ਮੰਦਿਰ ਦੇ ਵਿੱਚੋਂ ਟੱਲ ਮਿਲ ਜਾਣਾ ਤਾਂ ਚੁੱਕ ਲੈਣਾ, ਗੁਰਦੁਆਰੇ ਚ ਕੋਲ ਮਿਲੇ ਤਾਂ ਚੁੱਕ ਲੈਣਾ, ਚੋਰ ਦਾ ਚੋਰ ਹੀ ਹੈ, ਕੋਈ ਧਰਮ ਨਹੀਂ, ਦੰਗੇ ਕਰਨ ਵਾਲੇ ਦਾ ਕੋਈ ਧਰਮ ਥੋੜਾ ਹੁੰਦਾ, ਦੰਗਾਈ ਦਾ ਕੋਈ ਧਰਮ ਨਹੀਂ, ਬਿਲਕੁਲ। ਇਸੇ ਪ੍ਰਕਾਰ ਜਿਹੜਾ ਦੱਲਾ ਆ, ਇਹ ਦੱਲਾ ਕੱਲਾ ਜੱਟਾਂ ਦੇ ਵਿੱਚੋਂ ਆ, ਕਿਉਂਕਿ ਦੱਲਾ ਸ਼ਬਦ ਜਿਹੜਾ ਹੈ ਨਾ ਬੜਾ ਸਖਤ, ਦੱਲਾ ਕਿਹਾ ਜਾਂਦਾ ਆ ਜਿਹੜਾ ਗੰਦੇ ਕੰਮਾਂ ਦੀ ਦਲਾਲੀ ਕਰਨ ਵਾਲਾ, ਗੰਦੇ ਗੱਲੇ ਕੰਮ ਦੀ ਦਲਾਲੀ ਕਰਨ ਵਾਲਾ, ਗੰਦੇ ਕੰਮਾਂ ਦੀ ਦਲਾਲੀ ਕਰਨ ਵਾਲਾ, ਦੀਆਂ ਦੇ ਜਨਾਨੀਆਂ ਦੀ ਦਲਾਲੀਆਂ ਕਰਨ ਵਾਲਾ, ਆਪਾਂ ਕਹਿੰਦੇ ਨੇ ਦੱਲਾ, ਸਰਕਾਰੀ ਲੈਣ ਦੇਣ ਦੇ ਵਿੱਚ ਵਿਚੋਲਾ ਬਣ ਜਾਣਾ ਜੀ, ਹੈਨਾ, ਤੁਸੀਂ ਉਦੋਂ ਸ਼ਬਦ ਵਰਤਿਆ ਦੱਲਾ, ਹੁਣ ਮੈਨੂੰ ਲੱਗਦਾ ਵੀ ਇਹ ਕਮਿਊਨਿਟੀ ਦੇ ਪ੍ਰਤੀ ਦੱਲਾ ਸ਼ਬਦ, ਸਾਰੇ ਪਿੰਡ ਦਾ ਦੱਲਾ ਜੱਟ ਹੁੰਦਾ ਹੈ ਕਿ ਪੂਰੇ ਪੰਜਾਬ ਦੇ ਜਿੰਨੇ ਹਜ਼ਾਰਾਂ ਪਿੰਡ ਨੇ ਇਹਦੇ ਵਿੱਚ ਜਿੰਨੇ ਵੀ ਦੱਲੇ ਨੇ ਕਿ ਉਹ ਸਾਰੇ ਜੱਟ ਨੇ, ਅਦਰ ਸਾਰੀਆਂ ਕਮਿਊਨਿਟੀ ਸੇਫ ਕਰ ਦਿੰਦੀ ਹੈ? ਦੂਜਿਆਂ ਦੇ ਵਿੱਚ ਵੀ ਜਿੱਥੇ ਕਿੱਥੇ ਬਹੁਤ ਗਿਣਤੀ ਚ ਬੈਠੇ ਨੇ ਉਹ ਸਰਕਾਰ ਦੇ ਨੇੜੇ ਹੁੰਦੇ ਨੇ, ਜਿੱਥੇ ਜਦੋਂ ਕੋਈ ਸਰਕਾਰ ਹੁੰਦੀ ਹੈ ਨਾ ਤੇ ਉਹਦੇ ਵਿੱਚ ਜਿਹੜੀ ਕਮਿਊਨਿਟੀ ਦੇ ਵਿੱਚ ਵੱਡੀ ਗਿਣਤੀ ਬਹੁ ਗਿਣਤੀ ਹੁੰਦੀ ਹੈ ਉਹਨਾਂ ਦੇ ਵਿੱਚੋਂ ਸਰਕਾਰ ਉਹ ਬੰਦਿਆਂ ਨੂੰ ਚੁਣ ਲੈਂਦੀ ਹੈ, ਆਪਦੇ ਹਿੱਤ ਲਈ ਵਰਤਦੀ ਹੈ, ਤੇ ਸਰਕਾਰ ਦੇ ਨੇੜੇ ਬੰਦਿਆਂ ਨੂੰ ਚੁਣਦੀ ਹੈ, ਬੰਦਿਆਂ ਦੀ ਕਾਬਲੀਅਤ ਦੇ ਮੁਤਾਬਕ ਚੁਣਦੀ ਹੈ, ਜਾਂ ਉਹਨਾਂ ਨੂੰ ਲੱਗਦਾ ਵੀ ਇਹ ਬੰਦਾ ਸਾਡੀ ਗੋਟੀ ਵਿੱਚ ਫਿੱਟ ਆ ਸਕਦਾ ਹੈ, ਜਾਂ ਉਹਨਾਂ ਨੂੰ ਲੱਗਦਾ ਵੀ ਇਹਦਾ ਇੰਨਾ ਮੁੱਲ ਪੈ ਸਕਦਾ, ਉਹ ਉਸ ਉਹਦੇ ਔਗਣ ਦੇ ਆਧਾਰ ਤੇ ਕਹਿ ਲਓ, ਜਾਂ ਉਸ ਬੰਦੇ ਦਾ ਜਿਹੜਾ ਔਗਣ ਹੈ ਕਰਦੀ ਹੈ ਕਿ ਸਿਰਫ ਜੱਟ ਕਮਿਊਨਿਟੀ ਕਰਕੇ ਉਹਨੂੰ ਚੋਣ ਕਰਦੀ ਹੈ? ਨਹੀਂ, ਕੱਲੇ ਜੱਟ ਕਰਕੇ ਨਹੀਂ, ਵੀ ਉਹ ਤੋਂ ਵੱਧ ਤੋਂ ਵੱਧ ਵੀ ਕੰਮ ਕਮੇ ਲਿਆ ਜਾ ਸਕਦਾ, ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਆਪਦੇ ਹਿੱਤ ਵਿੱਚ ਨੈਗੇਟਿਵ ਕੰਮ ਬਹੁਤ ਕਰਵਾਉਂਦੀਆਂ, ਉਹ ਕਿਸੇ ਨਾ ਕਿਸੇ ਬੰਦੇ ਨੂੰ ਨਾ ਉਹ ਵਰਤਦੇ ਹੈ, ਕਬੀਲੇ ਨੂੰ ਵੀ ਵਰਤ ਲੈਂਦੇ ਹੈ ਵੀ ਆਹ ਤਾਂ ਸਾਡਾ ਕਬੀਲਾ ਜੀ, ਇਹ ਸਾਡਾ ਧਰਮ ਹੈ ਜੀ, ਧਰਮ ਨੂੰ ਤੇ ਕਬੀਲੇ ਨਾਲ ਵਰਤ, ਜਿਹੜਾ ਕਬੀਲਾ ਸ਼ਬਦ ਨਾਲ ਇਹਨੂੰ ਕਹਿੰਦੇ ਟ੍ਰਾਈਬ, ਟ੍ਰਾਈਬ ਇੱਕ ਬਹੁਤ ਪੁਰਾਣਾ ਸ਼ਬਦ ਹੈ, ਇਹ ਕੱਲੇ ਜੱਟਾਂ ਦੇ ਟ੍ਰਾਈਬ ਹੀ ਦੁਨੀਆਂ ਦੇ ਵਿੱਚ ਅੱਜ ਤੱਕ ਚਾਲੂ ਹੈ, ਜੱਟ ਟ੍ਰਾਈਬ, ਹੋਰ ਕਿਸੇ ਟ੍ਰਾਈਬ ਦਾ ਨਾਂ ਨਹੀਂ ਹੈ ਤਾਂ ਭਾਰਤ ਵਿੱਚ, ਟ੍ਰਾਈਬ ਹੋਰ ਵੀ ਹੈਗੇ, ਉਹ ਐਂ ਕਰੋ ਈਸਾਈਆਂ ਨੂੰ ਪੁੱਛ ਲਓ ਵੀ ਤੁਸੀਂ ਕਿਹੜੇ ਟ੍ਰਾਈਬ ਦੇ ਹੋ, ਨਹੀਂ ਪਤਾ, ਹਾਲਾਂਕਿ ਟ੍ਰਾਈਬ ਤਾਂ ਉਹ ਵੀ ਸੀਗੇ, ਤੁਸੀਂ ਅਰਬਾਂ ਨੂੰ ਪੁੱਛੋ ਕਿਹੜੇ ਟ੍ਰਾਈਬ ਦੇ ਹੋ, ਨਹੀਂ ਪਤਾ, ਆਪਣੇ ਬਾਰੇ ਬਹੁਤ ਪਤਾ ਹੈ, ਨਹੀਂ ਪਰ ਉਸ ਗੱਲ ਤੇ ਆ ਜਾਈਏ, ਸਾਰੇ ਪਿੰਡ ਦਾ ਦੱਲਾ ਜੱਟ ਹੁੰਦਾ ਆ, ਪੁਲਿਸ ਨੂੰ ਵੇਖ ਕੇ ਮੂਧਾ ਪੈ ਜਾਂਦਾ ਆ, ਇਹ ਕੀ ਹੈ? ਅਸਲ ਚ ਕਹਾਣੀ ਕੀ ਕਿ ਪੁਲਿਸ ਦੇ ਵਿੱਚ ਜੱਟ ਨਹੀਂ ਹੈ, ਹੈਗੇ, ਤੁਸੀਂ ਹੈਰਾਨ ਮੰਨੋਗੇ, ਫਿਰ ਪੁਲਿਸ ਨੂੰ ਵੇਖ ਕੇ ਜੱਟ ਹੀ ਮੂਧਾ ਕਿਉਂ ਪੈਂਦਾ, ਅੰਦਰ ਕਿਉਂ ਨਹੀਂ ਮੂਧਾ ਪੈਂਦਾ? ਮੈਂ ਕਹਿੰਦਾ ਵੀ ਇਹ ਜਾਂ ਤੇ ਬਾਪੂ ਜੀ ਇੱਕ ਰਿਕਾਰਡ ਕਰੀਏ, ਆਪਾਂ ਇੱਕ ਰਿਕਾਰਡ ਕਰੀਏ, ਇਹਨਾਂ ਨੇ ਨਾ ਪੁਲਿਸ ਵਾਲੇ ਜਿਹੜੇ ਬੰਦੇ ਸੀ ਪਿੱਛੇ ਜੇ ਇਹਨੂੰ ਬਹੁਤ ਇਸ ਬੰਦੇ ਜਿਹਨੂੰ ਕਹਿੰਦੇ ਵੀ ਦਲੇਰ ਹੋ ਗਿਆ, ਇਹਦੀ ਇੱਕ ਤਾਂ ਦੁਰਵਰਤੋਂ ਕੀਤੀ, ਕਿਤੇ ਤੇ ਕੁੱਟਮਾਰੀ ਬਹੁਤ ਕੀਤੀ, ਆਪਾਂ ਪਿਛਲੇ ਆਪਾਂ ਅੱਤਵਾਦ ਦੇ ਵੇਲੇ ਹੀ ਵੇਖੇ ਨਾ ਪੁਲਿਸ ਵਾਲੇ ਜਿਹੜੇ ਜੱਟ ਵੱਡੇ ਅਫਸਰ ਸੀਗੇ ਉਹ ਪੰਜਾਬ ਦੇ ਉੱਤੇ ਵੀ ਬਹੁਤ ਜ਼ੁਲਮ ਕਰਦੇ, ਔਰ ਉਹਨਾਂ ਨੇ ਬੰਦੇ ਵੱਧ ਮਾਰੇ ਆ। ਖਾਲੜਾ ਸਾਹਿਬ ਦੀ ਕਿਤਾਬ ਹੈ ਜਸਵੰਤ ਸਿੰਘ ਖਾਲੜਾ, ਬਿਲਕੁਲ ਜੀ, ਖਾਲੜਾ ਕਮਿਸ਼ਨ ਆ ਗਿਆ, 25,000 ਤੋਂ ਵੱਧ ਲਾ ਵਾਰਸ ਕਹਿ ਕੇ ਵੀ ਉਹਨਾਂ ਦਾ ਕੋਈ ਅਤਾ ਪਤਾ ਹੈ ਨਹੀਂ, ਬੰਦੇ ਮਾਰੇ, ਤੇ ਉਹਦੇ ਚ ਸਭ ਤੋਂ ਵੱਧ ਬੰਦੇ ਕੌਣ ਸੀ? ਆਪਣਾ ਲਾਣਾ, ਇਹ ਤਾਂ ਕੋਈ ਸ਼ੱਕ ਨਹੀਂ, ਨਹੀਂ ਇੱਕ ਗੱਲ ਦੱਸੋ, ਮੈਂ ਇਸ ਕਰਕੇ ਉੱਥੇ ਜਿਹੜਾ ਹਕੂਮਤ, ਹੁਣ ਇਸੇ ਗੱਲ ਤੇ ਤੁਹਾਡੇ ਅੱਗੇ ਪਾ ਦਈਏ, ਜਿਹੜਾ ਹਕੂਮਤ ਦੀ ਅੱਖ ਵਿੱਚ ਅੱਖ ਪਾ ਲੈਂਦਾ ਆ, ਹਕੂਮਤ ਦੇ ਸੱਤਾ ਤੇ ਸੁੱਖ ਨੂੰ ਨਾ ਮੰਨਣ ਦੀ ਬਜਾਏ, ਹੈਨਾ, ਹਕੂਮਤ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਦਾ ਵਿਰੋਧ ਕਰਦਾ ਆ, ਵਿਰੋਧ ਕਰਦਾ ਹੋਇਆ ਉਹਨੂੰ ਕਈ ਘਾਟੇ ਵਾਧੇ ਸਹਿਣੇ ਪੈਂਦੇ ਨੇ, ਉਸ ਤੋਂ ਬਾਅਦ ਹਕੂਮਤ ਦੇ ਵਿਰੁੱਧ ਅਸਲਾ ਵੀ ਚੁੱਕ ਲੈਂਦਾ ਆ, ਹੈਨਾ, ਔਰ ਉਸ ਤੋਂ ਬਾਅਦ ਆਪਣੀ ਸ਼ਹਾਦਤ ਵੀ ਦੇ ਦਿੰਦਾ ਆ, ਫਿਰ ਪੁਲਿਸ ਦੇ ਅੱਗੇ ਲੰਮਾ ਪੈਣ ਨਾਲ ਡਰਪੋਕ ਕਿਵੇਂ ਹੋ ਗਿਆ? ਫਿਰ ਕਿ ਆਮ ਬੰਦਾ ਲੜਾਈ ਨਹੀਂ ਕਰਦਾ ਹੁੰਦਾ, ਉਹ ਇੰਨਾ ਜਿਹੜਾ ਸਾਹਮਣੇ ਨੇ ਵੇਖਿਆ ਹੁੰਦਾ ਗੁਆਂਢੀ ਨਾਲ, ਦੂਜੇ ਪਿੰਡ ਨਾਲ, ਉਹ ਵੇਖ ਲੈਂਦੇ ਵੀ ਇਹ ਤਾਂ ਸਰਕਾਰ ਹੈ, ਹੱਥ ਬੰਨ ਲੈਂਦਾ, ਉਹ ਗਰੀਬ ਬੰਦਾ ਹਰ ਥਾਂ ਨਹੀਂ ਲੜਦਾ, ਹੱਥ ਬੰਨ ਕੇ ਖੜਾ ਕਰਦਾ, ਅੱਜ ਵੀ ਪਿੰਡ ਦੇ ਵਿੱਚ ਜਾਓ ਤੁਸੀਂ ਤੇ ਹੱਥ ਬੰਨ ਕੇ ਲੋਕੀ ਗਲ ਚ ਪਰਨਾ ਪਾ ਕੇ ਕਹਿੰਦੇ ਸਰਕਾਰ ਆ ਗਈ,
ਕਿਉਂਕਿ ਲੋਕਾਂ ਨੂੰ ਸਰਕਾਰ ਇਹਨਾਂ 'ਚ ਨਜ਼ਰ ਆਉਂਦੀ ਹੈ। ਜਦੋਂ ਕਿ ਸਰਕਾਰ ਦੀ ਥਾਂ ਇਹ ਲੋਕਾਂ ਦੇ ਸੇਵਕ ਨੇ। ਜੇ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਏ ਵੀ ਇਹ ਜਿਹੜੇ ਆਏ ਨੇ ਸਾਡੇ ਸੇਵਕ ਨੇ, ਸਾਡੀ ਸਰਕਾਰ ਨੇ, ਸਾਡੇ ਕਰਕੇ ਇਹ ਸਰਕਾਰ ਦਾ ਹਿੱਸਾ ਹੈ। ਪਰ ਕੀ ਉਹ ਜਿਹੜੇ ਲੰਮੇ ਪੈਂਦੇ ਆ ਕੱਲਾ ਜੱਟ ਨੀ, ਫਿਰ ਆਪਾਂ ਇਹ ਗੱਲ ਕਿਉਂ ਕਹੀ ਵੀ ਕੱਲਾ ਜੱਟ ਨੀ, ਉਸੋਂ ਵੇਖ ਕੇ ਲੰਮਾ ਪੈ ਜਾਂਦਾ ਆ। ਐ ਹੈ ਨਾ ਵੀ ਇਹਦੀ, ਕਿਉਂਕਿ ਦੂਜਿਆਂ ਦੇ ਮੁਕਾਬਲੇ ਪੜ੍ਹਿਆ ਲਿਖਿਆ ਨਹੀਂ ਸੀ, ਸਧਾਰਨ ਖੇਤੀ ਕਰਨ ਵਾਲਾ ਬੰਦਾ ਸੀ। ਇਹਦੀ ਦੁਰਵਰਤੋਂ ਕਰਦੇ ਸੀ। ਜਦੋਂ ਕਿਤੇ ਥਾਣੇ ਜਾਂਦਾ ਸੀ ਉਦੋਂ ਬੰਦਾ ਚੰਗਾ ਬੋਲ ਜਾਂਦੇ ਸੀਗੇ ਤੇ ਬੰਦਾ ਕਹਿੰਦਾ ਆਪਾਂ ਕੀ ਲੈਣਾ ਹੱਥੀ ਵੱਲੋਂ ਵੀ ਜੀ, ਜਨਾਬ ਸਾਹਿਬ ਬਹਾਦਰ ਆ ਗਏ, ਸਾਡੇ ਵਾਸਤੇ ਕੋਈ ਸੇਵਾ ਦੱਸੋ ਜੀ। ਮੈਂ ਅਫਸਰ ਰਿਹਾ, ਇਹ ਸ਼ਬਦ ਮੈਂ ਸੁਣਦਾ ਸੀ ਤੇ ਮੈਂ ਉਦੋਂ ਕਹਿੰਦੇ ਜੀ ਨਾ ਭਾਈ ਜੀ, ਅਫਸਰ ਨੂੰ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਹ ਸਾਰੇ ਵਰਤ ਲੈਣਗੇ। ਨਹੀਂ ਮੈਂ ਕਹਿੰਦਾ ਸੀ ਵੀ ਬੇਟਾ ਇਹ ਕੋਈ ਗੁਲਾਮੀ ਥੋੜਾ, ਤੁਸੀਂ ਤਾਂ ਮਾਲਕ ਹੋ, ਅਸੀਂ ਤੁਹਾਡੇ ਸੇਵਕ ਆ, ਸਾਨੂੰ ਤੁਸੀਂ ਦੱਸਣਾ ਵੀ ਆ ਤੁਹਾਡੀ ਤਕਲੀਫ ਹੈ। ਨਹੀਂ ਪਰ ਇੱਕ ਗੱਲ ਤੇ ਆਪਾਂ ਆ ਜਾਈਏ ਹੁਣ, ਚਲੋ ਉਸ ਗੱਲ ਤੇ ਆ ਜਾਈਏ। ਇਹਦੇ ਨਾਲ ਬਾਪੂ ਜੀ ਬਹੁਤ ਵੱਡਾ ਫਰਕ ਪੈਂਦਾ ਤੁਹਾਡੇ ਬਿਆਨਾਂ ਨਾਲ, ਕਿਉਂਕਿ ਤੁਹਾਨੂੰ ਲੋਕ ਇਹ ਸਮਝਦੇ ਆ ਕਿ ਬਾਪੂ ਬਲਕੌਰ ਸਿੰਘ ਬਹੁਤ ਪੜ੍ਹੇ ਲਿਖੇ ਨੇ, ਇਹਨਾਂ ਨੇ ਅਧਿਐਨ ਕੀਤਾ ਆ, ਇਹਨਾਂ ਦੇ ਵਿਸ਼ਲੇਸ਼ਣ ਨੇ, ਇਹਨਾਂ ਦੇ ਮੰਥਨ ਨੇ। ਪਰ ਜਦੋਂ ਮੰਥਨ ਦੇ ਵਿੱਚੋਂ ਸਿੱਧਾ ਇੱਕ ਕਮਿਊਨਿਟੀ ਨੂੰ ਕਰ ਦਿੰਦੇ ਹੋ, ਉਦੋਂ ਫਿਰ ਕੁਝ ਲੋਕਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲ ਜਾਂਦਾ ਹੈ, ਉਹ ਤਾਂ ਕਹਿੰਦੇ ਆ ਹਨਾ। ਔਰ ਨੈਚੁਰਲੀ ਗੱਲ ਹੈ ਜਦੋਂ ਅਸੀਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਕਰਾਂਗੇ, ਕਮਿਊਨਿਟੀ ਔਖੀ ਕਿਉਂ ਨਹੀਂ ਕੋਈ ਹੋ ਜਾਂਦੀ ਹੈ। ਹੁਣ 84 ਆਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਦਰਬਾਰ ਸਾਹਿਬ ਤੇ ਅਟੈਕ ਤੋਂ ਬਾਅਦ ਜਿਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ ਹੈ, ਸਾਰੇ ਤਾਂ ਛੱਡੀਆਂ, ਹੁਣ ਉਹ ਸਾਰੇ ਦੇ ਸਾਰੇ ਕੌਣ ਸਨ? ਰਾਮਪੁਰ ਤੋਂ ਆਏ ਸਾਰੇ ਜੱਟ ਸੀ, ਰਾਮਪੁਰ ਤੋਂ ਕੱਲਾ ਨਹੀਂ, ਗੰਗਾਨਗਰ ਤੋਂ ਆਏ ਹੋਏ ਵੀ ਸੀ, ਅਦਰ ਕਮਿਊਨਿਟੀ ਵੀ ਸੀ, ਫੌਜ ਦੇ ਵਿੱਚ ਸੀ, ਉਹਨਾਂ ਦੀਆਂ ਰੈਜੀਮੈਂਟ ਸੀ, ਕਿਸੇ ਨੇ ਨਹੀਂ ਛੱਡਿਆ। ਜੱਟਾਂ ਨੇ ਹੀ ਆਪਣੀ ਨੌਕਰੀ ਨੂੰ ਲੱਤ ਮਾਰੀ, ਧਰਮ ਨੂੰ ਪ੍ਰੈਫਰੈਂਸ ਦਿੱਤੀ, ਧਰਮ ਨੂੰ ਪਹਿਲ ਦਿੱਤੀ, ਦਰਬਾਰ ਸਾਹਿਬ ਵੱਲ ਆਏ, ਫੜੇ ਗਏ, ਉਸ ਤੋਂ ਬਾਅਦ ਨੌਕਰੀਆਂ ਵੀ ਗਈਆਂ, ਸਭ ਕੁਝ ਗਿਆ, ਪਰਚੇ ਪਏ, ਉਸ ਤੋਂ ਬਾਅਦ ਜੇਲ੍ਹਾਂ ਕੱਟੀਆਂ, ਅੱਜ ਤੱਕ ਉਹ ਜ਼ਿੰਦਗੀ ਔਖੀ ਕੱਟਦੇ ਪਏ ਨੇ। ਉਹਨੂੰ ਮੁੜ ਕੇ ਚੱਲਿਆ ਉਸ ਜੱਟ ਕਮਿਊਨਿਟੀ ਨੂੰ ਇਹ ਗੱਲ ਕਹਿ ਦਿੰਦੇ ਆ ਇਹ ਪੁਲਿਸ ਦੇ ਅੱਗੇ ਲੰਮੇ ਪੈ ਜਾਂਦੇ, ਉਹ ਤਾਂ ਤੋਪਾਂ ਦੇ ਅੱਗੇ ਹਿੱਕਾਂ ਡਾਉਣ ਵਾਲੇ ਨੇ। ਜਦੋਂ ਫੌਜ ਚ ਹੁੰਦੇ ਆ ਨਾ, ਖਾੜਕੂ ਮੂਵਮੈਂਟ ਵੇਖੋ, ਚਲੋ ਉਹਦੇ ਵਿੱਚ ਬਹੁਤ ਤਾਕਤ ਹੈ, ਸਾਰੀ ਕਮਿਊਨਿਟੀ ਇਹ ਗੱਲ ਕਹਿਣਾ ਮਾ, ਸਾਰੀ ਕਮਿਊਨਿਟੀ ਦੇਸੀ, ਠੀਕ ਹੈ, ਸਾਰੀ ਕਮਿਊਨਿਟੀ ਦੇਸੀ, ਜਦੋਂ ਖਾੜਕੂ ਮੂਵਮੈਂਟ ਚੱਲੀ ਹੈ ਹਨਾ, ਮੈਂ ਕਿਸੇ ਕਮਿਊਨਿਟੀ ਨੂੰ ਮਾੜਾ ਨਹੀਂ ਕਹਿੰਦਾ, ਪਰ ਉਹਦੇ ਵਿੱਚ ਬਹੁਤਾਤ ਗਿਣਤੀ ਕਿੰਨਾ ਦੀ ਸੀ? ਆਪਣੇ ਜੱਟ ਕਮਿਊਨਿਟੀ ਦੀ ਸੀ। ਫਿਰ ਜਿਹੜਾ ਹਕੂਮਤ ਦੇ ਨਾਲ ਮੱਥਾ ਡਾਹ ਸਕਦਾ ਆ ਉਹ ਡਰਪੋਕ ਕਿਵੇਂ ਹੋ ਗਿਆ? ਮੱਥਾ ਹਕੂਮਤ ਦੇ ਨਾਲ ਡਾਹਿਆ, ਕਾਰਨ ਕੀ? ਤੇ ਉਹ ਬਿਨਾਂ ਗੱਲ ਤੋਂ ਤਾਂ ਨਹੀਂ ਨਾ ਮਰ ਸਕਦਾ, 10 ਬੰਦੇ ਆ ਜਾਣ ਤੇ ਉਹ ਗਏ, 10 ਬੰਦਿਆਂ ਨਾਲ ਚਾਰਾ ਗੜਬੜ ਥੋੜਾ ਹੋ ਜੂਗਾ, ਤੁਹਾਨੂੰ ਹੱਥ ਹੀ ਬੰਨਣਾ ਪਊ। ਉਧਰ ਇੱਕ ਉਹਦੇ ਹੱਥ 'ਚ ਕੁਛ ਨੀ ਤੇ ਆਖੂ ਅੱਛਾ ਭਾਈ ਹੱਥ ਬੰਦ ਹੈ, ਪਤਾ ਹੁੰਦਾ ਵੀ ਇਕੱਲਾ ਬੈਠਾ, ਰਾਤ ਨੂੰ ਸੁੱਤਾ ਪਿਆ, ਪਿੰਡਾਂ ਨੂੰ ਘੇਰ ਲੈਂਦੇ, ਸੁੱਤੇ ਪਏ ਪਿੰਡ ਨੂੰ ਪਤਾ ਹੀ ਨੀ ਲੱਗਦਾ ਸੀ ਵੀ ਰਾਤ 2:30 ਵਜੇ ਕੌਣ ਆ ਗਿਆ, ਘਰ ਤੋਂ ਬੱਚੇ ਚੱਕ ਲੈਂਦੇ ਸੀ, ਫਿਰ ਉਹ ਲੋਕੀ ਕਿੱਥੇ ਜਾਣ ਵਿਚਾਰੇ, ਸਾਰਾ ਦਿਨ ਥੋੜਾ ਸਕਦੇ ਆ, ਠੀਕ ਹੈ। ਉਹ ਦੱਸਣ ਵਾਲੇ ਵੀ ਪਿੰਡ 'ਚ ਕੌਣ ਹੁੰਦੇ ਸੀ? ਸਰਕਾਰੀ ਬੰਦੇ ਕੜਮ ਚੌਧਰੀ, ਉਹ ਕਰ ਜਾਂਦੇ ਸੀ। ਪਰ ਬਾਪੂ ਜੀ ਸਰਕਾਰੀ ਬੰਦੇ ਕਹੋ, ਉਹ ਸੋਚ ਵਿੱਚ ਆ ਜੋ ਵੀ ਸਰਕਾਰ ਨੇ ਮੁੱਲ ਪਾ ਲਿਆ ਖਰੀਦ ਲਿਆ, ਪਰ ਜੱਟ ਹੀ ਇਹ ਚੀਜ਼ਾਂ ਜਿਹੜੀਆਂ ਨਾ, ਦੇਖੋ ਦੇਖੋ ਮੈਂ ਆਪ ਤੁਹਾਡੀ ਇੰਟਰਵਿਊ ਸੁਣੀ ਹੈ, ਮੈਂ ਤੁਹਾਨੂੰ ਇੱਥੇ ਮੰਦਾ ਚੰਗਾ ਜਾਂ ਕੁਝ ਕਹਿਣ ਨਹੀਂ ਆਇਆ, ਮੈਂ ਕਹਿੰਦਾ ਉਸ ਦੀ ਕਲੈਰਿਟੀ ਹੋ ਜਵੇ, ਕਲੈਰਿਟੀ ਹੁੰਦਾ ਆ ਜਜ਼ਬਾਤੀ ਹੋ ਕੇ ਬੋਲਿਆ ਜਾਂਦਾ ਹੈ, ਸੈਂਟੀਮੈਂਟਲ ਹੋ ਕੇ ਬੋਲਿਆ ਜਾਂਦਾ ਹੈ, ਸੈਂਟੀਮੈਂਟਲ ਹੋ ਕੇ ਬੋਲਿਆ ਜਾਂਦਾ ਹੈ, ਤਰਕ ਨਹੀਂ ਪੂਰਾ। ਉਸ ਤੋਂ ਬਾਅਦ ਜਦੋਂ ਆਪਾਂ ਆਪਣੀ ਇੰਟਰਵਿਊ ਸੁਣਦੇ ਆਪਾਂ ਲੱਗਦਾ ਯਾਰ ਆ ਚੀਜ਼ ਥੋੜੀ ਜਿਹੀ ਜ਼ਿਆਦਾ ਖਿੱਚੀ ਗਈ, ਹੈ ਨਾ? ਹੋ ਸਕਦਾ ਹੋ ਸਕਦਾ ਹੋ ਜਾਂਦਾ ਕਈ ਵਾਰੀ, ਹਾਂ ਵੀ ਆ ਤੇ ਗੱਲ ਜ਼ਿਆਦਾ ਹੋ ਗਈ। ਸੋ ਮੈਂ ਤਾਂ ਕਰਕੇ ਚਾਹੁੰਦਾ ਵਾਂ ਵੀ ਕਿਸੇ ਵੀ ਭਾਵਨਾ, ਤੁਸੀਂ ਦੇਖੋ ਅਗਲੀ ਗੱਲ ਕੈਸੀ ਹੈ, ਜੇ ਤੁਸੀਂ ਅਦਰ ਕਿਸੇ ਕਮਿਊਨਿਟੀ ਨੂੰ ਕਿਹਾ ਹੁੰਦਾ, ਮੰਨ ਲਓ ਤੁਸੀਂ ਕਹਿ ਦਿੱਤਾ ਹੁੰਦਾ ਤਰਖਾਣ ਬਰਾਦਰੀ ਨੂੰ, ਠੀਕ ਹੈ, ਰਾਮਗੜੀ ਜਿਹਨਾਂ ਨੂੰ ਅੱਜ ਪ੍ਰਾਊਡਲੀ ਕਹਿ ਦਿੰਦੇ ਆ, ਅਕਸਰ ਰਾਮਗੜੀ, ਜੇ ਤੁਸੀਂ ਅਦਰ ਕਿਸੇ ਵੀ ਕਮਿਊਨਿਟੀ ਨੂੰ ਕਹਿ ਦਿੱਤਾ ਹੁੰਦਾ, ਮੈਂ ਹੁਣ ਜਾਤੀ ਦਾ ਨਾਮ ਹੀ ਨਹੀਂ ਲੈਣਾ, ਇਹ ਵੀ ਇਸ਼ੂ ਬਣ ਜਾਂਦਾ ਹੈ। ਹਾਂ ਆਪਾਂ ਇਸ਼ੂ ਬਾਪੂ ਜੀ, ਹੁਣ ਤੱਕ ਮੇਰੇ ਖਿਆਲ ਦੇ ਵਿੱਚ ਤੁਹਾਡੇ ਤੇ ਕਈ ਤਰ੍ਹਾਂ ਦੇ ਪਰਚੇ ਪੈ ਜਾਣੇ ਸੀ,
SC ST ਐਕਟ ਲਾਗੂ ਹੋ ਜਾਣਾ ਤੁਹਾਡੇ ਉੱਪਰ, ਤੇ ਹੁਣ ਨੂੰ ਜਿੰਨੀ ਦੇਰ ਤੱਕ ਤੁਹਾਨੂੰ ਅਰੈਸਟ ਕਰਕੇ ਜੇਲ੍ਹ ਨਹੀਂ ਭੇਜਿਆ ਜਾਂਦਾ ਉਨੀ ਦੇਰ ਤੱਕ ਤੁਹਾਡੇ ਘਰ ਮੂਹਰੇ ਧਰਨਾ ਨਹੀਂ ਸੀ ਕਿਸੇ ਨੇ ਚੁੱਕਣਾ, ਪਰ ਫਿਰ ਵੀ ਤੁਹਾਨੂੰ ਲੱਗਦਾ ਨੀ ਵੀ ਇਹ ਫਿਰ ਵੀ ਇੰਨਾ ਕੁਝ ਸੁਣਨ ਤੋਂ ਬਾਅਦ ਵੀ ਅੱਜ ਵੀ ਦਲੀਲ ਨਾਲ ਤੁਹਾਡੇ ਨਾਲ ਗੱਲ ਕਰਨ ਵਾਸਤੇ ਬਹਿਣ ਵਾਸਤੇ ਗੁੱਡ ਹੈਗੇ ਹੈਗੇ, ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਸਹਿਣ ਸ਼ਕਤੀ ਵੀ ਹੈ। ਨਹੀਂ ਸਹਿਣ ਸ਼ਕਤੀ ਐਸੀ ਗੱਲ ਨੀ ਹੈ, ਸਵਾਲ ਨਵਾਂ ਸ਼ੁਰੂ ਆ ਜਾਂਦਾ, ਉਹ ਗੱਲ ਵਿਚਾਲੇ ਵੀ ਰਹਿ ਜਾਂਦੀ ਹੈ। ਹਾਂ, ਜੇ ਉਸੇ ਸਵਾਲ ਦਾ ਸਹਾਇਕ ਸਵਾਲ ਹੋ ਜੇ ਤੇ ਉਹ ਸਵਾਲ ਦਾ ਜਵਾਬ ਹੈ ਪੜ੍ਹੇ ਲਿਖੇ ਹੋ, ਬਾਪੂ ਜੀ ਬੜਾ ਖਿਆਲ ਰੱਖਣਾ। ਦੇਖੋ ਜਿਹੜਾ ਦੱਲਾ ਹੁੰਦਾ ਨਾ, ਮੈਂ ਅੱਜ ਫਿਰ ਇਹ ਗੱਲ ਨੂੰ ਫਿਰ ਦੁਬਾਰਾ ਕਲੀਅਰ ਕਰਦੇ ਹਾਂ, ਜਿਹੜਾ ਦੱਲਾ ਹੁੰਦਾ ਨਾ, ਦੱਲੇ ਲਈ ਇਕੱਲਾ ਜੱਟ ਹੋਣਾ ਜ਼ਰੂਰੀ ਨਹੀਂ ਹੈ।